ਇੱਥੇ ਇੱਕ ਪਰਿਵਾਰ ਹੈ ਥੋੜੇ ਦਿਨ ਪਹਿਲਾਂ ਮੈਂ ਹਾਜ਼ਰੀ ਸੀ ਬੰਗਲਾ ਸਾਹਿਬ ਦੀ ਉਹ ਸਜਣ ਸੰਗ ਸ਼ਹਿਦਾਈ ਹੋਵੇ ਉਹਨਾਂ ਦੇ ਸਿੰਗਰੇ ਗਏ ਉਹ ਤਿੰਨੇ ਜੀ ਨੇ ਬੇਟਾ ਹੈ ਤੇ ਦੋਵੇਂ ਉਹ ਵਾਈਫ ਹਸਬੰਡ ਨੇ ਉਹਦੇ ਹਸਬੰਡ ਨੂੰ ਕਰੋਨਾ ਹੋ ਗਿਆ ਤੁਹਾਨੂੰ ਪਤਾ ਕਿਦਾਂ ਦੇ ਦੌਰ ਵਿੱਚੋਂ ਦੁਨੀਆ ਲੰਗੀ ਹੈ ਲੰਘ ਰਹੀ ਹੈ ਗੱਡੀ ਉਹਨਾਂ ਦੇ ਕੋਲ ਨਹੀਂ ਆਟੋ ਵਾਲਾ ਕੋਈ ਆਵੇ ਨਾ ਆਂਡ ਗਵਾਨ ਕੋਈ ਮਦਦ ਨਾ ਕਰੇ ਰਿਸ਼ਤੇਦਾਰ ਸਕੇ ਨੇ ਕਹਿ ਦਿੱਤਾ ਭਾਈ ਕਾਲ ਕਰ ਦੋ ਐਂਬੂਲੈਂਸ ਐਂਬੂਲੈਂਸ ਕਿੱਥੇ ਆ ਰਹੀ ਸੀ ਉਹ ਜਿੱਥੇ ਵੀ ਫੋਨ ਕਰਨ ਅੱਗੇ ਉਹਦੀ ਆਕਸੀਜਨ ਘਟਦੀ ਜਾਵੇ ਉਹ ਬੜਾ ਦੁਖੀ ਉਹਦੇ ਕੋਲ ਨਾ ਕੋਈ ਜਾਵੇ ਤੇ ਜਿਹੜੀ ਉਹਦੇ ਘਰੋਂ ਹੈ ਨਾ ਬੀਬੀ ਉਹ ਬੜੀ ਭਾਵਨਾਵਾਲੀ ਹੈ ਹਰ ਸਿੱਖ ਨੇ ਆਪਣੇ ਘਰ ਵਿੱਚ ਤਕਰੀਬਨ ਦਿੱਲੀ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਾ ਸਰੂਪ ਫੋਟੋ ਘਰ ਵਿੱਚ ਲਾਈ ਹੈ ਤੁਸੀਂ ਯਾਦ ਕਰਦੇ ਹੋ ਪ੍ਰੇਮ ਹੈ ਜੋਤ ਕੋਈ ਹੈ ਦਰਬਾਰ ਸਾਹਿਬ ਜਾਓ ਤੁਹਾਡੀ ਰਸਨਾ ਤੋਂ ਆਪੇ ਨਿਕਲਦਾ ਧੰਨ ਗੁਰੂ ਰਾਮਦਾਸ ਜੀ ਉਹ ਮਾਈ ਕਹਿੰਦੀ ਫਿਰ ਰਸਤਾ ਨਹੀਂ ਕੋਈ ਰਿਆ ਜਦੋਂ ਸਕੇ ਨਾ ਕੋਈ ਆਏ ਐਂਬੂਲੈਂਸ ਨਾ ਆਵੇ ਇੰਜ ਲੱਗਾ ਬੇਟਾ ਵੀ ਮੇਰਾ ਕਹਿਣ ਲੱਗ ਪਿਆ ਕਿ ਮੰਮਾ ਤੁਸੀਂ ਪਾਪਾ ਤੋਂ ਪਰਾਂ ਰਹੋ 90% ਉਹ ਨਹੀਂ ਮੰਨ ਲਿਆ ਇਹਨੂੰ ਹੁਣ ਨਹੀਂ ਬਚਾ ਸਕਦਾ ਕੋਈ ਉਹਨੇ ਆਪ ਵੀ ਕਹਿ ਦਿੱਤਾ ਕਿ ਮੇਤੋਂ ਮੇਰਾ ਮਾੜਾ ਮੋਟਾ ਪੁੱਛ ਲਓ ਜੋ ਕੁਝ ਹੈਵੇ ਕੰਮ ਹੁਣ ਮੈਂ ਨਹੀਂ ਬਚਣਾ ਤੇ ਉਹ ਆਪ ਉਹ ਭੈਣ ਜੀ ਦੱਸਣ ਨੇ ਤੇ ਉਹ ਕਹਿੰਦੇ ਕੋਈ ਰਸਤਾ ਰਹਿ ਗਿਆ ਇੱਕਦਮ ਸੁਰਤ ਵਿੱਚ ਆਇਆ ਜਾ ਕੇ ਘਰ ਜਿਹੜੀ ਫੋਟੋ ਲੱਗੀ ਨਾ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਤੁੰਗੂ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜੀ ਜਦ ਕੇ ਸੀਸ ੁਕਾ ਕੇ ਰੋਪੇ ਪੱਲਾ ਅੱਡ ਕੇ ਦਾਤਾ ਤੂੰ ਤਾਂ ਵੱਡੇ ਵੱਡੇ ਦੁੱਖ ਹਟਾ ਦਿੰਨੇ ਸਾਡਾ ਹੁਣ ਕੋਈ ਨਹੀਂ ਤੁਸੀਂ ਕਿਰਪਾ ਤਰਸ ਕਰੋ ਉੱਥੇ ਉਹਨਾਂ ਜਲ ਰੱਖਿਆ ਤੇ ਸਾਧ ਸੰਗਤ ਉਹਨੇ ਅਰਦਾਸ ਕਰਕੇ ਮਾਈ ਨੇ ਰੋ ਕੇ ਗੁਰੂ ਨੂੰ त्याਕੇ ਦੇਖੋ ਧਿਆਣਾ ਆਜ ਐ ਕਿਸੇ ਨੂੰ ਦੁੱਖ ਤਾਂ ਐ ਮਿਟਦਾ ਧਿਆਣਾ ਹੀ ਨਹੀਂ ਆਉਂਦਾ ਸੱਜਣ ਮੋਢਲੇ ਗੁਰੂ ਅਗਿਆਰ ਅਰਦਾਸ ਕਰਨੀ ਜਦੋਂ ਉਹਨੇ ਤੇ ਹੱਕ ਅੱਖਾਂ ਭਰ ਕੇ ਰੋ ਕੇ ਕਿਹਾ ਦਾਦਾ ਹੁਣ ਤੇਰੇ ਬਗੈਰ ਹੋਰ ਕੋਈ ਨਹੀਂ ਉਹ ਜਲ ਲਿਆ ਕੇ ਉਹਨੇ ਘਰ ਵਾਲਿਆਂ ਨੂੰ ਸ਼ਿਕਾਇਤ ਜਿਹੜੀ ਦਵਾਈ ਕਿਸੇ ਨੇ ਦੱਸੀ ਸੀ ਉਹ ਮੈਡੀਸਨ ਦੇਣ ਲੱਗ ਪਏ 2.5 ਘੰਟਿਆਂ ਬਾਅਦ ਉਹ ਯੋ ਬੰਦਾ ਘਰ ਵਾਲੀ ਨੂੰ ਕਹਿੰਦਾ ਹੁਣ ਨਹੀਂ ਮਰਦਾ ਮੈਨੂੰ ਲੱਗਦਾ ਮੈਂ ਠੀਕ ਹੋ ਰਿਹਾ ਕਿਸੇ ਹਸਪੀਟਲ ਨਹੀਂ ਗਏ ਕੋਈ ਆਕਸੀਜਨ ਦਾ ਸਿਲੰਡਰ ਨਹੀਂ ਲਿਆਂਦਾ ਜਿਹੜੀ ਦਵਾਈ ਘਰ ਵਿੱਚ ਸੀ ਉਸੇ ਦਵਾਈ ਨਾਲ ਸਾਧ ਸੰਗਤ ਢਾਈ ਘੰਟੇ ਬਾਅਦ ਕੁਝ ਹੋਰ ਰਾਤੀ 8 ਵਜੇ ਹਾਲਾਤ ਕੁਝ ਹੋਰ ਕੱਲ ਸਵੇਰੇ ਉੱਠ ਕੇ ਉਹਨੇ ਆਪੇ ਇਸ਼ਨਾਨ ਕਰਕੇ ਕਿਹਾ ਮੈਂ ਬਿਲਕੁਲ ਠੀਕ ਐ ਅੱਜ ਜੋ ਬੰਦਾ ਵਧੀਆ ਤੰਦਰੁਸਤ ਐ ਜੇ ਗੁਰੂ ਨੂੰ ਧਿਆਣਾ ਆ ਜਾਏ ਗੁਰੂ ਸਾਧ ਸੰਗਤ ਤੇ ਚੀਜ਼ਾਂ ਰਹਿਣ ਹੀ ਨਹੀਂ ਦਿੰਦਾ ਜਿਹੜੀ ਚੀਜ਼ ਨੂੰ ਦੁਨੀਆ ਕਹਿੰਦੀ ਐ ਇੰਪੋਸੀਬਲ ਗੁਰੂ ਉਹਨੂੰ ਪੋਸੀਬਲ ਕਰਕੇ ਵਿਖਾ ਦਿੰਦਾ ਜਿਹਨੂੰ ਦੁਨੀਆ ਦੀ ਮੈਡੀਕਲ ਸਾਇੰਸ ਕਹੇਗੀ ਇਹ ਹੋਏ ਨਹੀਂ ਸਕਦਾ ਉਹਨੂੰ ਗੁਰੂ ਕਰਕੇ ਵਿਖਾ ਦਿੰਦਾ ਇਦੀ ਵਿਆਖਿਆ ਬਾਹਰੀ ਗਿਆਨ ਨਾਲ ਨਹੀਂ ਹੋ ਸਕਦੀ ਕਿ ਪਿੰਗਲ ਪਰਵਤ ਪਾਰ ਪਰੇ ਖਲ ਚਤਰ ਬਕੀਤੰ ਅੰਦਲੇ ਤਿਰ ਭਵਨ ਸੁਜਿਆ ਗੁਰ ਭੇਟ ਪੁਨੀਤੰ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ ਮੈਲ ਖੋਈ ਕੋਟ ਅਗਹਰੇ ਨਿਰਮਲ ਭੇ ਚੀਤੰ ਪਿੰਗਲੇ ਨੂੰ ਪਰਵਤ ਬਚਾਉਣ ਉੱਤੇ ਦੁਨੀਆਂ ਦੀ ਵਿਆਖਿਆ ਕਦੇ ਨਹੀਂ ਹੋ ਸਕਦੀ ਸੰਸਾਰ ਦੇ ਲੋਕ ਕਹਿਣਗੇ ਪਿੰਗਲਾ ਬੰਦਾ ਪਰਵਤ ਕਿਵੇਂ ਚੜ ਜਾਏਗਾ ਅੰਨੋ ਬੰਦਾ ਕਿਵੇਂ ਵੇਖ ਸਕਦਾ ਹੈ ਗੁੰਗਾ ਬੰਦਾ ਕਿਵੇਂ ਬੋਲ ਸਕਦਾ ਹੈ ਸਾਧ ਸੰਗਤ ਜਿਹਨੂੰ ਰੱਬ ਗੁੰਗਾ ਕਰਦਾ ਉਹਨੂੰ ਦੁਨੀਆ ਦੀ ਕੋਈ ਮੈਡੀਕਲ ਸਾਇੰਸ ਨਹੀਂ ਬਲਾ ਸਕਦੀ ਪਰ ਮਾਫ ਕਰਿਓ ਜੇ ਕੋਈ ਗੁੰਗਿਆਂ ਨੂੰ ਬੁਲਾ ਕੇ ਅਰਥ ਕਰਾ ਸਕਦਾ ਉਹ ਮੇਰੇ ਗੁਰੂ ਵਿੱਚ ਵੱਲ ਹੈ ਗੁਰੂ ਚਾਵੇ ਤਾਂ ਗੁੰਗਿਆਂ ਨੂੰ ਬੁਲਾ ਵੀ ਦਿੰਦਾ ਤੇ ਅਰਥ ਵੀ ਕਰਾ ਦਿੰਦਾ ਇਸ ਲਈ ਸਾਧ ਸੰਗਤ ਗੁਰੂ ਦੀ ਵਡਿਆਈ ਕੀਤੀ ਜਾ ਸਕਦੀ ਹੈ ਵਿਆਖਿਆ ਨਹੀਂ ਜਿਹੜੀ ਜੀ ਤੁਸੀਂ ਸੁਣੀ ਹੈ ਵੀਰ ਜੀ ਦੇ ਪਾਸੇ ਅਸੀਂ 3 ਵਜੇ ਸਾਧ ਸੰਗਤ ਚੱਲੇ ਦਿੱਲੀ ਨੂੰ ਅੱਜ ਹੁਣ ਤੁਸੀਂ ਟਾਈਮ ਵੇਖੋ ਜਦੋਂ ਨੈਵੀਗੇਸ਼ਨ ਭਰਿਆ ਉਹ 9:55 ਮਿੰਟ 10 ਵਜੇ ਦਾ ਟਾਈਮ ਦੱਸਦਾ ਹੈ ਇੰਨਾ ਰਸ਼ ਇੰਨੀ ਟ੍ਰੈਫਿਕ ਸਭ ਕੁਝ ਹੈ ਇਹ ਗੁਰੂ ਨੂੰ ਫਿਕਰ ਹੈ ਜਿਹੜਾ ਨੈਵੀਗੇਸ਼ਨ ਕਹਿੰਦਾ ਸੀ 10 ਵਜੇ ਤੋਂ ਪਹਿਲਾਂ ਸੀਸਗੰਜ ਪਹੁੰਚ ਨਹੀਂ ਸਕਦੇ ਇਹ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੀ ਨਦਰ ਹੈ ਸਾਧ ਸੰਗਤ 8:55 ਮਿੰਟ ਤੇ ਗੁਰੂ ਨੇ ਪਹੁੰਚਾ ਦਿੱਤਾ ਇਹ ਤਾਂ ਗੱਲਾਂ ਬਾਹਰੀ ਰਸਤੇ ਨੇ ਨਾ ਜਿਹਨੂੰ ਗੁਰੂ ਸਾਫ਼ ਕਰਦੇ ਤਾਂ ਦੁਨਿਆਵੀ ਰਸਤੇ ਨੇ ਉਹ ਸਿੱਖੋ ਯਾਦ ਰੱਖਿਓ ਸਿੱਖ ਭਾਵਨਾ ਤੇ ਪ੍ਰੇਮ ਨਾਲ ਗੁਰੂ ਨੂੰ ਸਿਮਰ ਕੇ ਵੇਖੇ ਜਾਓ ਇਹ ਸਿੱਖਾ ਆਲੋਕ ਦੇ ਰਸਤੇ ਤਾਂ ਕੁਝ ਵੀ ਨਹੀਂ ਗੁਰੂ ਤਾਂ ਤੇਰੇ ਪਰਲੋਕ ਦੇ ਰਸਤੇ ਵੀ ਸਿੱਧੇ ਕਰ ਦਏਗਾ ਬਸ ਅੰਦਰ ਭਾਵਨਾ ਚਾਹੀਦੀ ਹੈ 24 ਘੰਟੇ ਸਿੱਖ ਸ਼ੁਕਰਾਨੇ ਵਿੱਚ ਰਵੇ ਉਦੀ ਸੁਰਤੀ ਦਾ ਇਸ਼ਨਾਨ ਹੁੰਦਾ ਉਹ ਹਰ ਵਕਤ ਕਹਿੰਦਾ ਰਵੇ ਸਭ ਗੁਣ ਤੇਰੇ ਮੈਂ ਨਹੀਂ ਕੋਏ ਬਿਨ ਗੁਣ ਕੀਤੇ ਭਗਤ ਨਾ ਹੋਇ ਇੱਕ ਵਾਰ ਮੇਰਾ ਮਨ ਕਰਦਾ ਤੁਸੀਂ ਪਿਆਰ ਵਿੱਚ ਆ ਕੇ ਕਹੋ ਸਾਰੇ ਦਸਵੇਂ ਪਾਤਸ਼ਾਹ ਨੇ ਪੰਕਤੀ ਕਹੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੀ ਵਡਿਆਈ ਵਿੱਚ ਅਰਦਾਸ ਵਿੱਚ ਕਹਿੰਨੇ ਸ਼੍ਰੀ ਹਰਿਕ੍ਰਿਸ਼ਨ ਤੇਾਈ ਹੈ ਜਿਸ ਡਿਠੇ ਸਭ ਦੁੱਖ ਜਾਏ ਦੋ ਗੱਲਾਂ ਕਈਆਂ ਨੇ ਇੱਕ ਦੇਖਣਾ ਡਿੱਠੇ ਤੇ ਦੂਜਾ ਸੁਣਨਾ ਧਿਆਣਾ ਅੱਠਵੇਂ ਪਾਤਸ਼ਾਹ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਸਤਗੁਰ ਦੇ ਦਰਸ਼ਨਾਂ ਲਈ ਸੰਗਤ ਬੜੇ ਉਮਾ ਤੇ ਝਾ ਨਾਲ ਲਾਹੌਰ ਤੋਂ ਝੱਲੀ ਦਰਸ਼ਨ ਕਰਨ ਸ਼੍ਰੀ ਗਿਰੀਤਪੁਰ ਸਾਹਿਬ ਹੁਣਾ ਸੀ ਤੇ ਸਾਧ ਸੰਗਤ ਰਸਤੇ ਵਿੱਚ ਇੱਕ ਚੋਰ ਬੰਦਾ ਸੰਗਤ ਵਿੱਚ ਰਲ ਗਿਆ ਹੁਣ ਚੋਰ ਦੇ ਕਿਹੜਾ ਮੱਥੇ ਤੇ ਲਿਖਿਆ ਚੋਰ ਹੈ ਉਹ ਸੰਗਤ ਵਿੱਚ ਰਲਿਆ ਇੱਕ ਬਿਰਤੀ ਲੈ ਕੇ ਇਤਿਹਾਸ ਕਹਿੰਦਾ ਉਹਦੇ ਮਨ ਵਿੱਚ ਸੀ ਜਿੱਥੇ ਮੌਕਾ ਮਿਲਿਆ ਕਿਸੇ ਦਾ ਪਰਸ ਕੱਢ ਕੇ ਜਾਂ ਕਿਸੇ ਦੀ ਗਠੜੀ ਫਰੋਲ ਕੇ ਜੋ ਮਿਲਿਆ ਨਿਕਲ ਜਾਣਾ ਉਹਦੇ ਕਰਮ ਚੰਗੇ ਉਹਦੇ ਭਾਗ ਚੰਗੇ ਉਹਨੂੰ ਮੌਕਾ ਹੀ ਨਹੀਂ ਮਿਲਿਆ ਚੋਰੀ ਦਾ ਰੱਬ ਦਾ ਸ਼ੁਕਰਾਨਾ ਕਰਿਓ ਤੁਹਾਨੂੰ ਜ਼ਿੰਦਗੀ ਵਿੱਚ ਮਾੜਾ ਕਰਮ ਕਰਨ ਦਾ ਮੌਕਾ ਹੀ ਨਾ ਮਿਲੇ ਇਹ ਗੁਰੂ ਨੂੰ ਕਹਿਣਾ ਪੈਂਦਾ ਦਸਦਾ ਜੋ ਕਮ ਭਾਵੇ ਸੋਈ ਕਰਾਈ ਜੋ ਨਾ ਭਾਵੇ ਉਹ ਚਿੱਤ ਵਿੱਚ ਬਿਨਾਂ ਲਿਆਈ ਕਰਾਈ ਗੁਰੂ ਰੁਕਾਵਟ ਪਾ ਦਿੰਦਾ ਇਹ ਤਾਂ ਗੁਰੂ ਦੇ ਹੱਥ ਹੈ ਨਾ ਮੌਕਾ ਮਿਲਦੇ ਬੰਦਾ ਬੇਈਮਾਨ ਹੁਣ ਤੋਂ ਰਹਿ ਨਹੀਂ ਸਕਦਾ ਮਨ ਦਾ ਕੋਈ ਯਕੀਨ ਨਹੀਂ ਡੋਲੇ ਨਾ ਡੋਲੇ ਲੱਖਾਂ ਤੇ ਨਾ ਡੋਲੇ ਜਿੱਦਣ ਡੋਲਣ ਦੇ ਆਉਂਦੇ ਉਦੋਂ ਕੱਖਾਂ ਤੇ ਡੋਲ ਜਾਂਦੇ ਇਸ ਲਈ ਗੁਰੂ ਅੱਗੇ ਅਰਦਾਸ ਕਰਨੀ ਉਹਦੇ ਭਾਗ ਚੰਗੇ ਉਹਨੂੰ ਮੌਕਾ ਹੀ ਨਹੀਂ ਮਿਲਿਆ ਦਿਨ ਲੰਘ ਗਿਆ ਮੌਕਾ ਨਾ ਬਣਿਆ ਸ਼ਮਪਈਆਂ ਰਹਿਰਾਸ ਦਾ ਪਾਠ ਸੰਗਤ ਵਿੱਚੋਂ ਸੁਣਿਆ ਹੁਣ ਸੰਗਤ ਦਾ ਅਸਰ ਹੋਣਾ ਸੁਭਾਵਕ ਸੀ ਬਾਣੀ ਕੰਨਾਂ ਵਿੱਚ ਪੈਂਦੀ ਰਹੀ ਉਹ ਚੋਰ ਬਣ ਕੇ ਨਾਲ ਤੁਰਿਆ ਰਿਹਾ ਰਾਤ ਮੁੱਕ ਗਈ ਤੰਵੀ ਮੌਕਾ ਨਾ ਮਿਲਿਆ ਦਿਨ ਚੜਿਆ ਸ਼ਿਖਰ ਦੁਪਹਿਰ ਤੱਕ ਕੀਰਤਪੁਰ ਸਾਹਿਬ ਪਹੁੰਚ ਗਿਆ ਪਛਤਾਵਾ ਵੀ ਹੋਇਆ ਐਡੀ ਦੂਰ ਵੀ ਆਇਆ ਚੋਰੀ ਦਾ ਮੌਕਾ ਨਾ ਮਿਲਿਆ ਪਰ ਇੱਕ ਮੰਦਰ ਨੂੰ ਖੁਸ਼ ਹੋ ਕੇ ਕਹਿੰਦੇ ਇਹ ਤਾਂ ਵੀ ਪੰਜੀ ਬੰਦੇ ਸੀ ਇੱਥੇ ਤਾਂ ਸੰਕੜੇ ਘੁੰਮਦੇ ਨੇ ਚਲੋ ਹੁਣ ਕਿਸੇ ਨਾ ਕਿਸੇ ਦਾ ਤਾਂ ਬਣੀ ਜਾਣਾ ਨਾਲ ਮੈਂ ਕਿਸੇ ਨਾ ਕਿਸੇ ਦੇ ਪੈਸੇ ਕੱਢ ਕੇ ਚੀਜ਼ ਚੁਰਾ ਕੇ ਨਿਕਲ ਜਾਣਾ ਹੈ ਗੁਰੂ ਦੇ ਦਰ ਦਾ ਸਿਧਾਂਤ ਰਿਹਾ ਪਹਿਲੇ ਪੰਗਤ ਤੇ ਪਛੇ ਸੰਗਤ ਇਹਦਾ ਕਾਰਨ ਇੱਕ ਅਜ ਵੀ ਮੈਂ ਲਾਈਵ ਤੋਂ ਕਿਹਾ ਠੀਕ ਹੈ ਲੋਕ ਵਰਤ ਰੱਖਦੇ ਨੇ ਰੋਜ਼ੇ ਰੱਖਦੇ ਨੇ ਧਰਮ ਦੀ ਗੱਲ ਹੈ ਚੰਗੀ ਹੈ ਪਰ ਹਕੀਕਤ ਇਹ ਹੈ ਤੁਸੀਂ ਵਰਤ ਰੱਖ ਕੇ ਵੇਖ ਲਓ ਤੁਹਾਡੀ ਸੁਰਤ ਰੱਬ ਵੱਲ ਘਟ ਜਾਏਗੀ ਬੰਦੇ ਨੂੰ ਰੋਟੀ ਨੱਚ ਤੇ ਆਏਗੀ ਇਸ ਲਈ ਗੁਰੂ ਨੂੰ ਇਸ ਗੱਲ ਦਾ ਪਾਤਸ਼ਾਹ ਨੇ ਬਖਸ਼ਿਸ਼ ਕਿਰਪਾ ਕੀਤੀ ਸਹਿਬ ਨੂੰ ਪਤਾ ਸੀ ਭੁੱਖੇ ਭਗਤ ਨਾ ਕੀਜੇ ਭੁੱਖਿਆਂ ਭਗਤੀ ਨਹੀਂ ਹੋਣੀ ਕੋਈ ਦੂਰੋਂ ਚੱਲ ਕੇ ਆਇਆ ਪਹਿਲਾਂ ਪੰਗਤ ਵਿੱਚ ਜਾ ਕੇ ਲੰਗਰ ਛੱਕ ਲੈ ਫਿਰ ਸੰਗਤ ਵਿੱਚ ਇਤਹਾਨ ਨਾਲ ਬੈਠੇ ਉਹਦੀ ਸੁਰਤ ਜੁੜੇਗੀ ਜਦੋਂ ਪਹਿਲੇ ਪੰਗਤ ਪਾਛੇ ਸੰਗਤ ਸੰਗਤ ਪਹਿਲਾਂ ਆਉਂਦਿਆਂ ਲੰਗਰ ਛਕਣ ਗਈ ਉਹ ਚੋਰ ਵੀ ਨਾਲ ਚਲਾ ਗਿਆ ਜਿਵੇਂ ਸੰਗਤ ਨੇ ਐਂ ਹੱਥ ਕਰਕੇ ਪ੍ਰਸ਼ਾਦਾ ਲਿਆ ਦੋਵੇਂ ਹੱਥੋਂ ਨੇ ਵੀ ਇਸ ਤਰ੍ਹਾਂ ਲਿਆ ਪਹਿਲੀ ਵਾਰ ਉਹਨੇ ਪੰਗਤ ਵਿੱਚ ਛਕਿਆ ਸੰਗਤ ਨੇ ਛਕਣ ਤੋਂ ਪਹਿਲਾਂ ਮस्तक ਨੂੰ ਪ੍ਰਸ਼ਾਦਾ ਲਾ ਕੇ ਕਿਹਾ ਸਤਨਾਮ ਸ੍ਰੀ ਵਾਹਿਗੁਰੂ ਉਹਨੇ ਵੀ ਕਿਹਾ ਹੁਣ ਇਹਨਾਂ ਚੀਜ਼ਾਂ ਦਾ ਅਸਰ ਤੇ ਹੋਣਾ ਹੀ ਸੀ ਗੁਰੂ ਦਾ ਛਕਿਆ ਭੋਜਨ ਪ੍ਰਸ਼ਾਦਾ ਛਕਣ ਤੋਂ ਬਾਅਦ ਸੰਗਤ ਚੱਲ ਪਈ ਗੁਰੂ ਦੇ ਦਰਬਾਰ ਵੱਲ ਚੋਰ ਵੀ ਨਾਲ-ਨਾਲ ਹੋਤ ਰਿਹਾ ਰਾਤ ਪੈ ਗਈ ਅੱਜ ਤਾਂ ਮੈਂ ਚੋਰੀ ਘਰ ਹੀ ਲੈਣੀ ਐ ਜਦੋਂ ਉਹ ਚੋਰ ਨਾਲ ਤੁਰ ਪਿਆ ਸੰਗਤ ਵੱਲ ਗਿਆ ਗੁਰੂ ਦੇ ਦਰਵਾਰ ਵਿੱਚ ਕਦਮ ਰੱਖਣ ਲੱਗਾ ਉਹਦੇ ਮਨ ਚੋਂ ਆਵਾਜ਼ ਆਈ ਤੂੰ ਤਾਂ ਚੋਰ ਐ ਤਿਰਕ ਹੀ ਕੰਮ ਹੈ ਗੁਰੂ ਦੇ ਕੋਲ ਤੁਹਾਡੀ ਜ਼ਿੰਦਗੀ ਦਾ ਤਜਰਬਾ ਰਹਿਣਾ ਹੈ 5% ਵੀ ਮਨ ਸਚਿਆਰ ਹੋਵੇ ਨਾ ਮਾਫ ਕਰਿਓ ਪੂਰਾ ਪੂਰਾ ਹੋਣਾ ਬਹੁਤ ਔਖਾ ਹੈ ਇਹ ਤਾਂ ਗੁਰੂ ਹੀ ਨਦਰ ਦ੍ਰਿਸ਼ਟੀ ਕਰਦਾ ਹੈ 5 10% ਵੀ ਮਨ ਸਤਿਹਾਰ ਹੋਵੇ ਤਜਰਬਾ ਕਰਕੇ ਵੇਖਿਓ ਜਿਹੜਾ ਥੋੜੀ ਵੀ ਬਾਣੀ ਪੜਦਾ ਇੱਕ ਜਪਜੀ ਸਾਹਿਬ ਦਾ ਵੀ ਪਾਠ ਕਰਦਾ ਜਦੋਂ ਤੁਸੀਂ ਨਿਤਨੇਮ ਕਰੋਗੇ ਜਾਂ ਗੁਰਦਵਾਰੇ ਆਉਂਗੇ ਇਹ ਤੁਹਾਡਾ ਤਜਰਬਾ ਰਹਿਣਾ ਹੈ ਪਿਛਲੇ 24 ਘੰਟਿਆਂ ਵਿੱਚ ਜਿਹੜਾ ਸਭ ਤੋਂ ਨਖਿੱਧ ਕੰਮ ਕੀਤਾ ਉਹ ਤੁਹਾਨੂੰ ਚੇਤੇ ਜਰੂਰ ਹੋਣਾ ਆ ਮੇਤੋਂ ਗਲਤੀ ਹੋਈ ਹੈ ਜਦੋਂ ਉਹ ਯਾਦ ਆਵੇ ਨਾ ਕੋ ਕਰਮ ਉਦੋਂ ਗੁਰੂ ਨੂੰ ਰੋਕ ਕੇ ਕਹਦੇ ਕਰੋ ਦਾਤਾ ਇੱਚੋਂ ਤੂੰ ਹੀ ਕੱਢ ਸਕਦਾ ਇਹ ਕਹਿਣਾ ਪੈਂਦਾ ਗੁਰੂ ਨੂੰ ਕੀਤੇ ਗਣੋ ਅਸੰਖ ਅਵਗਣ ਮੇਰਿਆ ਜਿਉਂ ਜਾਨੋ ਤਿਉਂ ਰਾਖ ਹਰ ਪ੍ਰਭ ਤੇਰੇ ਆਹ ਮਹਾਰਾਜ ਹੈ ਤੇਰੇ ਜਿੱਦਾਂ ਦੇ ਮਰਜੀ ਉਹ ਨਖਿੱਧ ਕਰਮ ਚਿੱਤੇ ਆਉਂਦਾ ਚੋਰ ਬੜਿਆ ਗੁਰੂ ਦਰਬਾਰ ਵਿੱਚ ਤੇ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਰਬਾਰ ਚ ਪੈਰ ਰੱਖਦਿਆ ਉਦੇ ਮਨ ਨੇ ਕਿਹਾ ਤੂੰ ਤਾਂ ਚੋਰ ਹੈ ਤੇਰਾ ਕੀ ਕੰਮ ਹੈ ਗੁਰੂ ਕੋਲ ਮੱਥਾ ਨਾ ਟੇਕਿਆ ਪਿੱਛੇ ਬਹਿ ਗਿਆ ਕੀਰਤਨ ਚ ਲੱਰ ਰਿਹਾ ਪਿੱਛੋਂ ਉੱਚਾ ਹੋ ਕੇ ਵੇਖਦਾ ਮੋਰੇ ਗੁਰੂ ਕੌਣ ਹੈ ਚੰਦਨ ਦੀ ਚੌਂਕੀ ਤਖਤ ਉੱਤੇ ਬਾਲਾ ਪ੍ਰੀਤਮ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਬਿਰਾਜਮਾਨ ਨੇ ਇਹਨੇ ਵੇਖਿਆ ਇੰਨੀ ਛੋਟੀ ਉਮਰ ਦਾ ਗੁਰੂ ਇੰਨੀ ਛੋਟੀ ਉਮਰ ਦਾ ਗੁਰੂ ਅੰਦਰੋਂ ਸਵਾਲ ਉੱਠਿਆ ਜੇ ਪੂਰਾ ਗੁਰੂ ਐ ਫਿਰ ਅੰਤਰਜਾਮੀ ਹੋਣਾ ਜੇ ਅੰਤਰਜਾਮੀ ਐ ਫਿਰ ਗੁਰੂ ਨੂੰ ਪਤਾ ਹੋਣਾ ਮੈਂ ਚੋਰ ਐ ਇਹ ਗੁਰੂ ਨਾਲ ਗੱਲਾਂ ਕਰਨ ਲੱਗ ਪਿਆ ਮੈਂ ਕਿਤੇ ਅੱਗੇ ਵੀ ਇਹ ਬੇਨਤੀ ਲਾਈਵ ਤੋਂ ਕੈਸੀ ਦਰਬਾਰ ਸਾਹਿਬ ਤੋਂ ਉਹ ਭਗਾਂ ਵਾਲੀਆਂ ਰੂਹਾਂ ਜਿਹੜੀਆਂ ਗੁਰੂ ਨਾਲ ਸੰਗਤ ਵਿੱਚ ਬਹਿ ਕੇ ਲਾਈਵ ਹੋ ਜਾਣ ਨਹੀਂ ਤੇ ਬੈਠੇ ਤੁਸੀਂ ਇੱਥੇ ਹੋ ਤੇ ਸੁਰਤ ਕਿਤੇ ਹੋਰ ਗੱਲਾਂ ਕਰਦੀ ਗੁਰੂ ਨਾਲ ਸਿੱਧਾ ਲਾਈਵ ਹੋ ਜਾਣਾ ਗੁਰੂ ਬੋਲਦਾ ਸਿੱਖਾ ਤੈਨੂੰ ਬੁਲਾਉਣਾ ਆਉਣਾ ਚਾਹੀਦਾ ਉਹ ਸੁਰਤ ਕਰਕੇ ਚੋਰ ਗੱਲਾਂ ਕਰਦਾ ਐ ਜੇ ਗੁਰੂ ਅੰਤਰਜਾਮੀ ਫਿਰ ਤੇ ਜਾਣਦਾ ਹੋਣਾ ਹੈ ਫਿਰ ਤੇ ਗੁਰੂ ਨੂੰ ਪਤਾ ਮੈਂ ਚੋਰ ਐ ਪਿੱਛੋਂ ਉੱਚਾ ਹੋ ਕੇ ਗੁਰੂ ਵੱਲ ਵੇਖਦਾ ਸਿੱਧਾ ਗੁਰੂ ਨਾਲ ਗੱਲਾਂ ਕਰਦਾ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਵੀ ਉਹਦੇ ਨਾਲ ਸਿੱਧੇ ਲਾਈਵ ਹੋ ਗਏ ਉਹ ਸਿੱਖਾ ਤੂੰ ਗੁਰੂ ਨਾਲ ਸਿੱਧਾ ਹੋ ਕੇ ਵੇਖ ਗੁਰੂ ਤੇਰੇ ਵੱਲ ਸਿੱਧਾ ਹੋ ਜਾਂਦਾ ਜਦੋਂ ਉਹ ਚੋਰ ਗੁਰੂ ਨਾਲ ਗੱਲਾਂ ਕਰੇ ਤੇ ਗੁਰੂ ਨੇ ਵੀ ਉਧਰ ਹੁਣ ਸੁਰਤ ਕਰ ਲਈ ਜਿਵੇਂ ਕੀਰਤਨ ਦਾ ਸ਼ਬਦ ਸਮਾਪਤ ਹੋਇਆ ਬਾਲ ਪ੍ਰੀਤਮ ਬੜੀ ਮਿੱਠੀ ਆਵਾਜ਼ ਵਿੱਚ ਬੋਲੇ ਸਤਿਗੁਰਾਂ ਦੀ 5.5 ਪੌਣੇ ਕੁਛੇ ਸਾਲ ਦੀ ਉਮਰ ਹੈ ਬੜੀ ਮਿੱਠੀ ਆਵਾਜ਼ ਵਿੱਚ ਗੁਰੂ ਅਰਕਿਸ਼ਨ ਸਾਹਿਬ ਮਹਾਰਾਜ ਸ਼ਬਦ ਕੀਰਤਨ ਦੀ ਸਮਾਪਤੀ ਤੋਂ ਬੋਲੇ ਸਿੱਧਾ ਉਹਨੂੰ ਹੀ ਬੋਲਣ ਲੱਗੇ ਪਾਤਸ਼ਾਹ ਕਹਿੰਦੇ ਭਾਈ ਜੇ ਕੋਈ ਚੋਰ ਹੋਵੇ ਸਾਧ ਸੰਗਤ ਜੇ ਕੋਈ ਚੋਰ ਹੋਵੇ ਚੋਰ ਤਾਂ ਹਿੱਲ ਗਿਆ ਚੋਰ ਤਾਂ ਮੈਂ ਹੀ ਹੋਇਆ ਹੁਣ ਗੁਰੂ ਵੀ ਸਿੱਧਾ ਲਾਈਵ ਹੋ ਗਿਆ ਨਾ ਉਹਦੇ ਨਾਲ ਸਹਿਬ ਨੇ ਕਿਹਾ ਸਾਸ ਸਿੰਘ ਜੇ ਕੋਈ ਚੋਰ ਹੋਵੇ ਚੋਰ ਦੀ ਜਾਮਣੀ ਚੋਰ ਦੀ ਹੰਮੀ ਚੋਰ ਦੀ ਗਰੰਟੀ ਤਾਂ ਕੋਈ ਲੋਕ ਸੰਸਾਰ ਸਮਾਜ ਵਿੱਚ ਨਹੀਂ ਲੈਂਦੇ ਭਾਈ ਦੱਸੋ ਚੋਰ ਦੀ ਹੰਮੀ ਦਰਗਾਹ ਵਿੱਚ ਕੌਣ ਭਰੇਗਾ ਚੋਰ ਤਾਂ ਸਰੀਰ ਪਾਣੀ ਹੋ ਗਿਆ ਅੰਦਰੋਂ ਕਹਿੰਦਾ ਇਹ ਤੇ ਗੁਰੂ ਅੰਤਰਜਾਮੀ ਐ ਇਹ ਤੇ ਮੇਰੇ ਬਾਰੇ ਕਿ ਫਿਰ ਇੱਕ ਸਵਾਲ ਹੋਰ ਪੈਦਾ ਹੋ ਜੇ ਮੈਨੂੰ ਹੀ ਕਹਿੰਦੇ ਨੇ ਮੇਰਾ ਨਾਮ ਲੈ ਕੇ ਕਹਿਣ ਖਾਂ ਕਿੰਨਾ ਨੇੜੇ ਹੋ ਗਿਆ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਮਿੱਠੀ ਆਵਾਜ਼ ਵਿੱਚ ਬੋਲੇ ਚੋਰ ਕੀ ਹਮ ਭਰੇ ਨਾ ਕੋਏ ਚੋਰ ਕਿ ਆ ਚੰਗਾ ਕਿਉਂ ਹੋਏ ਚੋਰ ਤਾਂ ਪਾਣੀ ਹੋ ਗਿਆ ਨਾ ਚੋਰ ਕੀ ਹੰਮ ਭਰੇ ਨਾ ਕੋਏ ਚੋਰ ਕੀ ਆ ਚੰਗਾ ਕਿਉ ਹੋਏ ਸੁਣ ਮੰਨ ਅੰਦੇ ਕੁੱਤੇ ਕੂੜਿਆਰ ਬਿਨ ਬੋਲੇ ਬੁਝੇ ਸਚਿਆਰ ਹੁਣ ਉਹ ਚੋਰ ਅੰਦਰੋਂ ਬੋਲਦਾ ਜੇ ਮੈਨੂੰ ਕਹਿੰਦੇ ਨੇ ਅੱਖਾਂ ਨੀਵੀਆਂ ਕਰ ਲਈਆਂ ਨਾਲੇ ਅੰਦਰੋਂ ਕਹਿੰਦਾ ਫਿਰ ਮੇਰਾ ਨਾਮ ਲੈ ਕੇ ਬੋਲਣ ਉਹਦਾ ਨਾਮ ਇਤਿਹਾਸ ਵਿੱਚ ਆਇਆ ਜੀ ਜਸਵੰਤ ਰਾਏ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਵਾਲਾ ਸਿੱਧੇ ਸੰਗਤ ਵਿੱਚ ਉਹਦੇ ਵੱਲ ਵੇਖਦੇ ਸਭ ਤੋਂ ਪਿੱਛੇ ਬੈਠਾ ਜਦੋਂ ਉਹਨੇ ਸਿਰ ਉੱਚਾ ਕਰਕੇ ਗੁਰੂ ਵੱਲ ਵਖਿਆ ਅੱਠਵੇਂ ਪ੍ਰਤਮ ਧੰਨ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਫਾਤਿਹ ਸ਼ਾਹ ਪਿਆਰ ਨਾਲ ਬੋਲੇ ਜੀ ਤੁਸੀਂ ਅੱਗੇ ਆ ਜਾਓ ਉੱਠ ਕੇ ਸੰਗਤ ਪਿੱਛੇ ਵੇਖਣ ਲੱਗ ਪਏ ਕਿਨੂੰ ਬੁਲਾ ਰਹੇ ਨੇ ਮਹਾਰਾਜ ਬਾਤੀਆਂ ਕੇ ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ ਤੁਸੀਂ ਅੱਗੇ ਆ ਜਾਓ ਗੁਰੂ ਚੋਰਾਂ ਨੂੰ ਵੀ ਪਿੱਛੋਂ ਚੁੱਕ ਕੇ ਅੱਗੇ ਬਿਠਾ ਲੈਂਦਾ ਪਰ ਸ਼ਰਤ ਇਹ ਹੈ ਤੂੰ ਗੁਰੂ ਕੋਲ ਆ ਕੇ ਮੰਨ ਲੈ ਕਿ ਮੈਂ ਚੋਰ ਐ ਤੂੰ ਮੰਨ ਜੇ ਕਿ ਤੂੰ ਚੋਰ ਤੈਨੂੰ ਗੁਰੂ ਪਿੱਛੋਂ ਚੁੱਕ ਕੇ ਅੱਗੇ ਬਿਠਾ ਲੇਗਾ ਇਹ ਗੁਰੂ ਦੀ ਸ਼ਰਤ ਹੈ ਤੈਨੂੰ ਐਡਮਿਟ ਕਰਨਾ ਪਏਗਾ ਮੈਂ ਅਗਣ ਨਾਲ ਭਰੇ ਤੈਨੂੰ ਜਦੋਂ ਸਤਖੰਡ ਸ੍ਰੀ ਦਰਬਾਰ ਸਾਹਿਬ ਤੋਂ ਅੰਮ੍ਰਿਤ ਵੇਲੇ ਹੁਕਮਨਾਮਾ ਹੁੰਦਾ ਮੁੱਖ ਬਾਗ ਸੁਣਾਉਣ ਤੋਂ ਪਹਿਲਾਂ ਆਹ ਪੰਕਤੀ ਜ਼ਰੂਰ ਤੱਬਿਆ ਬੈਠੇ ਸਿੰਘ ਸਾਹਿਬ ਕਹਿਣਗੇ ਕਿ ਹਮ ਅਵਗਣ ਭਰੇ ਇੱਕ ਗੁਣ ਤੈਨੂੰ ਐਡਮਿਟ ਕਰਨਾ ਪੈਣਾ ਹੈ ਮੰਨਣਾ ਪੈਣਾ ਹੈ ਗੁਰੂ ਅੰਤਰਜਾਮੀ ਪਰ ਜਦੋਂ ਤੂੰ ਮੰਨ ਜਾਏ ਅੱਜ ਚੋਰ ਮੰਨੇ ਤੇ ਅਠਵੇਂ ਪਾਤਸ਼ਾਹ ਬੋਲੇ ਜਸਵੰਤ ਰਾਏ ਜੀ ਤੁਹਾਨੂੰ ਕਹਿ ਰਹੇ ਅੱਗੇ ਆ ਜਾਓ ਹੁਣ ਗੁਰੂ ਤਾਂ ਕੋਣੇ 20 21 ਕਦਮ ਦੀ ਗੱਲ ਸੀ ਉਹ 20 21 ਕਦਮ ਸਰੀਰ ਮਿੱਟੀ ਹੋ ਗਿਆ ਪਾਣੀ ਹੋ ਗਿਆ ਤੁਰਿਆ ਨਾ ਜਾਏ ਸੰਗਤ ਵੇਖਦੀ ਐ ਤੇ ਸਾਥ ਸੰਗਤ ਉਹ 21 ਕਦਮਾਂ ਵਿੱਚ ਐ ਲੱਗਾ ਜਿਵੇਂ 84 ਦਾ ਭਾਰ ਮੁੱਕ ਗਿਆ ਹੋਵੇ ਆਉਂਦਿਆਂ ਸ਼੍ਰੀ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨਾਂ ਟੈਬ ਮਹਾਰਾਜ ਮੈਂ ਚੋਰ ਐ ਚੋਰ ਦੇ ਅੱਗੇ ਕੀ ਕੰਮ ਐ ਮਹਾਰਾਜ ਮੈਂ ਤੇ ਚੋਰੀ ਕਰਨ ਤੁਰਿਆ ਹੋਇਆ ਤੁਹਾਡੇ ਦਰਵਾਜ਼ੇ ਕੋਈ ਪੈਸੇ ਚੜਾ ਰਿਹਾ ਕੋਈ ਸੇਵਾ ਕਰ ਰਿਹਾ ਕੋਈ ਦਾਨ ਕਰ ਰਿਹਾ ਮਹਾਰਾਜ ਮੈਂ ਤੇ ਚੋਰ ਐ ਚੋਰ ਦਾ ਅੱਗੇ ਕੀ ਕੰਮ ਐ ਅੱਠਵੇਂ ਪਾਤਸ਼ਾਹ ਨੇ ਪਿਆਰ ਵਿੱਚ ਆ ਕੇ ਕਿਹਾ ਹੁਣ ਤੂੰ ਚੋਰ ਨਹੀਂ ਰਿਹਾ ਜਸਵੰਤ ਰਾਏ ਇਹ ਗੁਰੂ ਨਾਨਕ ਦਾ ਘਰ ਐ ਜੇ ਗੁਰੂ ਦੀ ਦ੍ਰਿਸ਼ਟੀ ਪਹਿ ਜਾਏ ਇੱਥੇ ਚੋਰ ਵੀ ਸੰਤ ਹੋ ਜਾਂਦੇ ਨੇ ਅੰਮ੍ਰਿਤ ਦ੍ਰਿਸ਼ਟੀ ਪਹਿ ਜਾਏ ਚੋਰ ਵੀ ਸੰਤ ਹੋ ਸਕਦਾ ਐ ਸੈਵ ਨੇ ਕਿਆ ਪੂਰਾ ਗੁਰ ਅਖਿਓ ਜਾ ਕਾ ਮੰਤਰ ਅੰਮ੍ਰਿਤ ਦ੍ਰਿਸ਼ਟਿ ਵਿਖੇ ਹੋਏ ਸੰਤ ਅੰਮ੍ਰਿਤ ਭਰੀ ਦ੍ਰਿਸ਼ਟੀ ਪਾ ਕੇ ਕਿਆ ਜਸਵੰਤ ਰਾਏ ਬੋਲ ਸਤਨਾਮ ਸ੍ਰੀ ਵਾਹਿਗੁਰੂ ਗੁਰੂ ਨੇ ਚੋਰ ਨਹੀਂ ਰਹਿਣ ਦਿੱਤਾ ਜਸਵੰਤ ਰਾਏ ਨੂੰ ਸੰਤ ਬਣਾ ਦਿੱਤਾ ਸਾਧ ਸੰਗਤ ਧੰਨ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਜਿਨ੍ਹਾਂ ਦੇ ਦਰਸ਼ਨ ਕੀਤੇ ਆ ਫਲ ਮਿਲਿਆ ਮਾਫ ਕਰਿਓ ਕੱਲਾ ਸ਼ਰੀਰ ਦਾ ਦੁੱਖ ਨਹੀਂ ਸੁਰਤੀ ਦੇ ਦੁੱਖ ਵੀ ਮਿਟ ਜਾਂਦੇ ਨੇ ਕੱਲਾ ਇਸ ਜਨਮ ਦਾ ਨਹੀਂ ਜਨਮਾਂ ਜਨਮਾਂ ਦੇ ਦੁੱਖ ਮਿਟ ਜਾਂਦੇ ਨੇ ਜਨਮ ਮਰਨ ਤੱਕ ਦਾ ਦੁੱਖ ਨਿਵਾਰੇ ਇਹ ਗੁਰੂ ਦੇ ਕੋਲ ਵਢਾਈ ਹੈ ਸਾਧ ਸੰਗਤ ਉਹ ਜਨਮ ਮਰਨ ਦਾ ਦੁੱਖ ਮਿਟਾ ਦਿੰਦਾ ਹੈ ਪਰ ਕੋਈ ਗੁਰੂ ਨੂੰ ਲਾਈਵ ਹੋ ਜਾਏ ਇੱਕ ਵਾਰ ਸਿੱਧਾ ਹੋ ਜਾਏ ਗੁਰੂ ਵਾਲਾ ਗੁਰੂ ਨੂੰ ਕਹਿ ਦੇਦਾਤਾ ਆਹ ਕੁਝ ਮੇਰੇ ਵਿੱਚ ਉਗਣ ਨੇ ਫਿਰ ਸਾਧ ਸੰਗਤ ਇਹ ਠੀਕ ਹੈ ਰਾਜਾ ਮਿਰਜਾ ਜੈ ਸਿੰਘ ਅੰਦਰੋਂ 50% ਸ਼ਰਦਾ ਸੀ 50% ਵੀ ਸੀ ਮੈਨੂੰ ਰਾਜੇ ਨੇ ਕਿਹਾ ਪਰ ਉਹਨੇ ਮਨ ਭਰ ਕੇ ਕਿਹਾ ਦਾਤਾ ਜਿਹੜਾ ਅੱਧਾ ਕ कच्चਾ ਰਹਿ ਗਿਆ ਹੁਣ ਉਹਨੂੰ ਵੀ ਪੱਕਾ ਕਰ ਦਿਆ ਇਹ ਸਤਿਗੁਰ ਨੇ ਨਜ਼ਰ ਕਰ ਬਗ ਰਾਜਾ ਮਿਰਜਾ ਜੈ ਸਿੰਘ ਨੂੰ ਗੁਰੂ ਨੇ 100% ਪਕਾ ਦਿੱਤਾ ਤੇ ਜਿਹੜੀ ਚੀਜ਼ ਅੰਦਰ ਉਹਦੇ ਮਹਾਰਾਣੀ ਦੇ ਪਟਰਾਣੀ ਦੇ ਅੰਦਰ ਰਹਿ ਗਈ ਕਿ ਪਰਖ ਤਾਂ ਲਵਾਂ ਇਹ ਗੁਰੂ ਹੈ ਵੀ ਕਿ ਨਹੀਂ ਸ਼ੰਕਾ ਹੋ ਜਾਂਦਾ ਹੈ ਗੁਰੂ ਉਹ ਐ ਜਿਹਦੀ ਵਡਿਆਈ ਸਹਿਬ ਨੇ ਬਚਨ ਕਹੇ ਕੋਈ ਭਰਮ ਰਹਿਣ ਹੀ ਨਹੀਂ ਦਿੰਦਾ ਗੁਰੂ ਜਿਸ ਮਿਲਿਆ ਮਨ ਹੋਏ ਆਨੰਦ ਸੋ ਸਤਗੁਰ ਕਹੇ ਮਨ ਕੀ ਦੁਬਦਾ ਬਿਨਸ ਜਾਏ ਹਰ ਪਰਮ ਪਦ ਲਈਏ ਫੁੱਟੋ ਅੰਡਾ ਭਰਮ ਕਾ ਮਨੇ ਭਇਆ ਪ੍ਰਗਾਸ ਗੁਰ ਕਾਟੀ ਬੇੜੀ ਪਗੇ ਤੇ ਕਿੰਨੀ ਬੰਦ ਖਲਾਸ ਛੱਡੀ ਰੱਖ ਕੇ ਸਰ ਤੇ ਸਹਿਬ ਨੇ ਕਹੇ ਇਹ ਵੀ ਨਹੀਂ ਰਾਣੀ ਇਹ ਵੀ ਨਹੀਂ ਰਾਣੀ ਇਹ ਵੀ ਨਹੀਂ ਰਾਣੀ ਜਦੋਂ ਉਹਦੇ ਕੋਲ ਆਏ ਇੱਕੋ ਗੱਲ ਕਹੀ ਬੇਟਾ ਜਿਹਨੂੰ ਰੱਬ ਨੇ ਰਾਣੀ ਬਣਾਇਆ ਹੋਵੇ ਉਹਨੂੰ ਨੌਕਰਾਂ ਨਹੀਂ ਨਹੀਂ ਬਣਨਾ ਚਾਹੀਦਾ ਤੈਨੂੰ ਰੱਬ ਨੇ ਰਾਣੀ ਬਣਾਇਆ ਨੌਕਰਾਣੀ ਕਿਉਂ ਬਣੀ ਐ ਚਰਨੀ ਟੈਪਈ ਐਸੀ ਸ਼ਰਦਾ ਅੰਦਰ ਪ੍ਰੇਮ ਨਾਲ ਜਾਗੀ ਮੈਂ ਕਈ ਵਾਰ ਬੇਨਤੀ ਕਰਦਾ ਹਾਂ ਨਾ ਦੁਨੀਆਂ ਵਿੱਚ ਵੱਡੇ ਵੱਡੇ ਰਾਜਿਆਂ ਨੇ ਕਿਲੇ ਬਣਾਏ ਮਹਿਲ ਬਣਾਏ ਬੰਗਲੇ ਬਣਾਏ ਅਰਬਾਂ ਰੁਪਈਆ ਲੱਗਾ ਤੁਹਾਡੇ ਸਾਹਮਣੇ ਤਾਜ ਮਹਿਲ ਲੋਕ ਵੇਖਣ ਜਾਂਦੇ ਨੇ ਕਬੂਤਰ ਬੋਲਦੇ ਨੇ ਪੰਛੀ ਉੱਡਦੇ ਨੇ ਮਿੱਠਾ ਹੁੰਦੀਆਂ ਨੇ ਦੁਨੀਆਂ ਵਿੱਚ ਸਾਥ ਸੰਗਤ ਵੱਡੇ ਵੱਡੇ ਰਾਜਿਆਂ ਨੇ ਕਿਲੇ ਬਣਾਏ ਮਹਿਲ ਬਣਾਏ ਵਕਤ ਬਹਿ ਕੇ ਰਾਜੇ ਮਰ ਗਏ ਉਹ ਕਿਲੇ ਤੇ ਉਹ ਮਹੱਲ ਖੰਡਰ ਹੋ ਗਏ ਦੁਨੀਆ ਵਿੱਚ ਇੱਕੋ ਇੱਕ ਬੰਗਲਾ ਹੈ ਜਿਹਨੂੰ ਅੱਜ ਦੁਨੀਆ ਬੰਗਲਾ ਸਾਹਿਬ ਕਰਕੇ ਪੁਜਦੀ ਹੈ ਉਹ ਪਤਾ ਕਿਉਂ ਉੱਥੇ ਮੇਰੇ ਸਹਿਬ ਗੁਰੂ ਹਰਿਕ੍ਰਿਸ਼ਨ ਸਾਹਿਬ ਮਹਾਰਾਜ ਦੇ ਚਰਨ ਪਏ ਉਹ ਆਮ ਬੰਗਲਾ ਵੀ ਅੱਜ ਬੰਗਲਾ ਸਾਹਿਬ ਹੋ ਗਿਆ